ਸਤਿ ਸ੍ਰੀ ਅਕਾਲ, ਮੈਂ ਸੋਨ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਗੱਲ ਕਰਦੇ ਆ ਮੋਗੇ ਤੋਂ। ਇਸ਼ਕ ਨੇ ਗਾਲਿਬ ਨਿਕੰਮਾ ਕਰ ਦਿਆ, ਵਰਨਾ ਹਮ ਵੀ ਥੇ ਆਦਮੀ ਕਾਮ ਕੇ। ਦੋਸਤੋ, ਜਦੋਂ ਇਨਸਾਨ ਨੂੰ ਇਸ਼ਕ ਦਾ ਭੂਤ ਸਵਾਰ ਹੁੰਦਾ ਹੈ ਤਾਂ ਉਸ ਵੇਲਾ ਉਸ ਤੋਂ ਸਿਵਾ ਕੁਛ ਵੀ ਨਜ਼ਰ ਨਹੀਂ ਆਉਂਦਾ। ਅਜਿਹੀ ਇੱਕ ਸਟੋਰੀ ਹੈ ਮੋਗੇ ਤੋਂ ਆ ਕਿ ਇਸ਼ਕ ਵਿੱਚ ਅੰਨੀ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਲੇਕਿਨ ਪੂਰੀ ਖਬਰ ਦੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਮੋਗੇ ਤੋਂ ਰਮਨਦੀਪ ਸਾਹੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸਾਹੀ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ ਸਰ, ਜੀ ਦੱਸਣਾ ਚਾਹਾਂਗਾ ਜੀ, 2-3 ਦਿਨ ਪਹਿਲਾਂ ਜਗਰਾਓ ਦੇ ਨਾਲ ਸੰਬੰਧਿਤ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀਗਾ ਜੀ। ਉਸਦੀ ਲਾਸ਼ ਨੂੰ ਸਿਰ ਲੱਗ ਕਰਕੇ ਉਸਦੀ ਲਾਸ਼ ਨੂੰ ਢੁੱਡੀ ਕੇ ਨਹਿਰ ਦੇ ਕੋਲੇ ਸੁੱਟ ਦਿੱਤਾ ਸੀਗਾ, ਜਿਸ ਤੋਂ ਬਾਅਦ ਪੁਲਿਸ ਨੂੰ ਲਾਸ਼ ਮਿਲਣ ਤੋਂ ਬਾਅਦ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਸੀਗਾ 72 ਘੰਟਿਆਂ ਦੇ ਲਈ ਸ਼ਨਾਖਤ ਦੇ ਲਈ ਜੀ। ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਚੰਦ ਘੰਟੇ ਦੇ ਵਿੱਚ ਹੀ ਦੋਨਾਂ ਆਰੋਪੀਆਂ ਨੂੰ, ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਕਾਬੂ ਕਰ ਲਿੱਤਾ ਸੀਗਾ ਜੀ। ਲੇਕਿਨ ਮੋਗੇ ਦੇ ਕੇਸ ਮਤਲਬ ਏਰੀਆ ਦੀ ਖਬਰ ਦੱਸੀ ਜਾ ਰਹੀ ਹੈ ਜੀ ਸਰ, ਜਿਹੜਾ ਢੁੱਡੀ ਕੇ ਪਿੰਡ ਆ ਜੀ, ਉਹ ਮੋਗੇ ਦੇ ਅੰਦਰ ਜਿਹੜਾ ਮੋਗੇ ਦੀ ਹੁੰਦਾ ਜੀ, ਉਹ ਜੀ ਕਸਬਾ ਜੇਤਵਾਲ ਦੇ ਨਾਲ ਢੁੱਡੀ ਕੇ ਪਿੰਡ ਆ ਜੀ, ਮੋਗੇ ਦੇ ਕੋਲੇ ਤੇ ਜਿਹੜਾ ਮੋਗਾ ਹੀ ਪੈਂਦਾ ਜੀ। ਲੇਕਿਨ ਮੈਂ ਰਮਨ ਜੀ ਪੁੱਛਣਾ ਚਾਹਾਂਗਾ ਕਿ ਇਹ ਸ਼ਖਸ ਕੋਈ ਕਿਸ ਤਰ੍ਹਾਂ ਦਾ ਕੰਮ ਕਾਰ ਕਰਦਾ ਸੀ? ਸਰਕਾਰੀ ਜੌਬ ਤੇ ਸੀ ਜਾਂ ਪ੍ਰਾਈਵੇਟ ਜੌਬ ਕਰਦਾ ਸੀ? ਜੀ ਸਰਕਾਰੀ ਜੌਬ ਤੇ ਪੋਸਟਮੈਨ ਦੀ ਜਿਹੜੀ ਨੌਕਰੀ ਇਹ ਕਰ ਰਿਹਾ ਸੀਗਾ ਜੀ ਮ੍ਰਿਤਕ। ਔਰ ਜਿਸ ਦੇ ਨਾਲ ਇਸ ਦੇ ਔਰਤ ਦੇ ਸੰਬੰਧ ਸੀ ਉਹ ਕਿੱਥੋਂ ਦਾ ਸੀਗਾ? ਜਗਰਾਓ ਤੋਂ ਸੰਬੰਧਿਤ ਸੀਗਾ ਜੀ, ਦੱਸਣਾ ਚਾਹਾਂਗਾ। ਜਿਹੜੇ ਮ੍ਰਿਤਕ ਵੀ ਤੇ ਉਹਦਾ ਜਿਹੜਾ ਪਤਨੀ ਦਾ ਪ੍ਰੇਮੀ ਵੀ ਜਗਰਾਓ ਤੋਂ ਸੰਬੰਧਿਤ ਸੀਗੇ ਜੀ ਦੋਨੇ। ਔਰ ਬੱਚੇ ਕੁਝ ਪਤਾ ਲੱਗਾ ਕਿ ਦੋਹਾਂ ਦੇ ਬੱਚੇ ਕਿੰਨੇ ਸੀਗੇ? ਦੋ ਬੱਚੇ ਆ ਜੀ ਮ੍ਰਿਤਕ ਤੋਂ ਬਾਅਦ ਬੱਚੇ ਵੀ, ਹੁਣ ਜਿਵੇਂ ਘਰ ਵਾਲੀ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ, ਉਹ ਦੇਖਿਆ ਜਾਵੇ ਤਾਂ ਬੱਚਿਆਂ ਦਾ ਫਿਊਚਰ ਜਿਹੜਾ ਹੈ ਉਹ ਹੁਣ ਧੁੰਦਲਾ ਦਿਖਾਈ ਦੇ ਰਿਹਾ ਜੀ ਵਿਚਾਰਿਆਂ ਦਾ। ਸਾਹੀ ਸਾਹਿਬ, ਇਸ ਸੰਬੰਧ ਵਿੱਚ ਪੁਲਿਸ ਆਫੀਸਰ ਦੇ ਨਾਲ ਜਾਂ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੈ? ਜੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਸੀਗਾ ਜੀ ਕਿ ਜਿਹੜੀ ਮ੍ਰਿਤਕ ਲਾਸ਼ ਮਿਲੀ ਸੀਗੀ ਮੋਗਾ ਪੁਲਿਸ ਨੂੰ, ਉਸ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਉਸਦੇ ਨਾਲ ਹੀ ਉਸਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਕਾਬੂ ਕਰ ਲਿੱਤਾ ਗਿਆ ਹੈ। ਪੁਲਿਸ ਦੇ 4-5 ਘੰਟਿਆਂ ਤੋਂ ਬਾਅਦ ਹੀ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਸੀਗਾ ਜੀ। ਸੋ ਸਾਹੀ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਾਣਕਾਰੀ ਦਿੱਤੀ ਔਰ ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਕੱਲ ਮਿਤੀ 4/7/11 ਨੂੰ ਸਾਨੂੰ ਇਤਲਾਹ ਮਿਲੀ ਸੀ ਕਿ ਅਖਾੜਾ ਮਾਈਨਰ ਜੋ ਕਿ ਜਗਰਾਓ ਤੋਂ ਆਉਂਦੀ ਹੈ, ਅੱਗੇ ਚੂਰ ਚੱਕ ਢੁੱਡੀ ਕੇ ਤੋਂ ਹੁੰਦੀ ਹੋਈ ਅੱਗੇ ਪਿੰਡਾਂ ਨੂੰ ਜਾਂਦੀ ਹੈ, ਇਹਦੇ ਵਿੱਚ ਕੋਈ ਅਨਆਡੈਂਟੀਫਾਈਡ ਡੈੱਡ ਬੋਡੀ ਪਾਣੀ 'ਚ ਤੈਰ ਕੇ ਆ ਰਹੀ ਹੈ, ਜੋ ਪਿੰਡ ਢੁੱਡੀ ਕੇ ਕੋਲ ਅਸੀਂ ਲੋਕਾਂ ਦੀ ਮਦਦ ਨਾਲ ਡੈੱਡ ਬੋਡੀ ਉਹ ਮਾਈਨਰ 'ਚੋਂ ਬਾਹਰ ਕੱਢ ਕੇ ਸ਼ਨਾਖਤ ਕਰਨ ਲਈ ਸੋਸ਼ਲ ਮੀਡੀਆ 'ਤੇ ਅਤੇ ਹੋਰ ਗਰੁੱਪਾਂ 'ਚ ਉਹ ਮ੍ਰਿਤਕ ਦੀ ਫੋਟੋ ਪਾਈ। ਉਸ ਤੋਂ ਬਾਅਦ ਡੈੱਡ ਬੋਡੀ ਸ਼ਨਾਖਤ ਲਈ ਸਿਵਲ ਹਸਪਤਾਲ ਮੋਗਾ ਰੱਖੀ ਗਈ, ਜੋ ਅੱਜ ਬਲਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜਗਰਾਓ, ਜੋ ਕਿ ਮ੍ਰਿਤਕ ਰਾਜ ਕੁਮਾਰ ਦਾ ਚਾਚੇ ਦਾ ਲੜਕਾ ਸੀ, ਉਹਨੇ ਇਹਦੀ ਸ਼ਨਾਖਤ ਕੀਤੀ ਕਿ ਮੇਰੇ ਚਾਚੇ ਦਾ ਲੜਕਾ ਹੈ ਅਤੇ ਰਾਜ ਕੁਮਾਰ ਇਹਦਾ ਨਾਂ ਆ ਅਤੇ ਪੋਸਟਮੈਨ ਲੱਗਾ ਜਗਰਾਓ ਵਿੱਚ। ਇਹਦੇ ਬਿਆਨ 'ਤੇ ਸੁਰਿੰਦਰ ਕੌਰ, ਜੋ ਮ੍ਰਿਤਕ ਦੀ ਪਤਨੀ ਹੈ, ਅਤੇ ਉਸਦੇ ਪ੍ਰੇਮੀ ਦਲਜੀਤ ਸਿੰਘ ਉਰਫ ਨਿੱਕਾ, ਜੋ ਕਿ ਜਗਰਾਓ ਦਾ ਰਹਿਣ ਵਾਲਾ ਹੈ, ਉਹ ਦੋਨਾਂ ਦੇ ਖਿਲਾਫ 302-201-34 IPC ਦਾ ਥਾਣਾ ਜੀਤਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ, ਜੋ ਦੌਰਾਨ ਤਫਤੀਸ਼ ਦੋਨੋਂ ਦੋਸ਼ੀਆਂ ਨੂੰ ਅੱਜ ਹੀ ਗ੍ਰਿਫਤਾਰ ਕਰ ਲਿਆ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ
ते नरक भरी जिंदगी विच लियांदा है रौनक। फीर लीफ पावर, कब्ज़ तो परेशान होण दी हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नूं अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।